ਅੱਜ ਪੰਜਾਬ ਵਿਧਾਨ ਸਭਾ ਦਾ ਬਜਟ اجلاس ਦਾ ਪਹਿਲਾ ਦਿਨ ਸੀਗਾ ਤੇ ਪਹਿਲੇ ਦਿਨ ਹੀ ਹੰਗਾਮੇ ਦਾ ਰਿਹਾ ਇਹ اجلاس ਜਿਸ ਦੌਰਾਨ ਵਿਰੋਧੀ ਧਿਰ ਵੱਲੋਂ ਨਾਰੇਬਾਜ਼ੀ ਕੀਤੀ ਗਈ ਜਿਸ ਵਿੱਚ ਕੀ ਗਵਰਨਰ ਅਡਰੈਸ ਵਿਚਾਰੀ ਰਿਹਾਗੇ ਸਾਡੇ ਨਾਲ ਸੰਦੀਪ ਜਾਖੜ ਜੀ ਮੌਜੂਦ ਨੇ ਜਾਖੜ ਸਾਹਿਬ ਪਹਿਲਾ ਦਿਨ ਹੀ ਸੀਗਾ ਤੇ ਪਹਿਲੇ ਦਿਨ ਹੀ ਹੰਗਾਮਾ ਸ਼ੁਰੂ ਹੋ ਗਿਆ ਵਿਰੋਧ ਇਹ ਸੀਗਾ ਕਿ ਪੰਜਾਬ ਸਰਕਾਰ ਦਾ ਕੀਤਾ ਦੂਜੇ ਪਾਸੇ ਜੋ ਗਵਰਨਰ ਸਾਹਿਬ ਦਾ ਵੀ ਵਿਰੋਧ ਨਾਲ ਨਾਲ ਕੀਤਾ ਗਿਆ ਕਹਿੰਦੇ ਕਿ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਸਟੈਂਡ ਨਹੀਂ ਸਪਸ਼ਟ ਕਰ ਰਹੇ ਤੁਹਾਡੇ ਹੀ ਕਹਣਾ ਨਹੀਂ ਦੇਖੋ ਅੱਜ ਤਾਂ ਪਹਿਲੀ ਵਾਰ ਗੱਲ ਤਾਂ ਗਵਰਨਰ ਐਡਰੈਸ ਹੋਣਾ ਸੀ ਲੇਕਿਨ ਮੈਂ ਕੁਝ ਹੱਦ ਤੱਕ ਮੈਂ ਆ ਵੀ ਸਹਿਮਤਾ ਵੀ ਜਿਹੜੀ ਸ਼ਰਧਾਂਜਲੀ ਦਾ ਡਿਮਾਂਡ ਸੀ ਸ਼ਰਧਾਂਜਲੀ ਦੇ ਦੇਣੀ ਚਾਹੀਦੀ ਸੀ ਕੋਈ ਉਹਦੇ ਵਿੱਚ ਸ਼ਰਧਾਂਜਲੀ ਹੁਣ ਦੇਵਾਂਗੇ ਉਸ ਟਾਈਮ 2 ਮਿੰਟ ਸਾਰੇ ਖੜੇ ਹੋ ਕੇ ਸ਼ਰਧਾਂਜਲੀ ਦੇ ਦਿੰਦੇ ਤਾਂ ਕੋਈ ਉਹਦੇ ਵਿੱਚ ਕਰ ਦੇਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਪਰ ਦੇਖੋ ਗਵਰਨਰ ਸਾਹਿਬ ਨੇ ਤਾਂ ਜਿਹੜਾ ਸਰਕਾਰ ਨੇ ਕਹਿਣਾ ਉਹਨਾਂ ਨੇ ਉਹੀ ਕਰਨਾ ਬਟ ਹੁਣ ਜਾ ਕੇ ਜਿਹੜਾ ਆਪਣਾ ਉਹਨਾਂ ਦਾ ਐਡਰੈਸ ਸੀਗਾ ਉਹ ਉਸ ਟਾਈਮ ਨਾ ਤਾਂ ਸੁਣਿਆ ਗਿਆ ਨਾ ਉਹਨਾਂ ਨੂੰ ਪੜਿਆ ਗਿਆ ਬ ਜਾ ਕੇ ਉਹਨੂੰ ਪੜਾਂਗੇ ਤੇ ਕੀ ਕੁਝ ਹੈ ਤੇ ਫਿਰ ਜਦੋਂ ਬਜਟ اجلاس ਦੇ ਵਿੱਚ ਸਰਕਾਰ ਕੀ ਕੁਝ ਲੈ ਕੇ ਆਂਦੀ ਹੈ ਉਹਦੇ ਬਾਅਦ ਕੋਈ ਟਿੱਪਣੀ ਦੇਵਾਂਗੇ ਕਿਸਾਨਾਂ ਨੂੰ ਲੈ ਕੇ ਵਿਰੋਧੀ ਧਿਰ ਬੜਾ ਘੇਰ ਦੀ ਨਜ਼ਰ ਆ ਰਹੀ ਆ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੇਂਦਰ ਨੂੰ ਘੇਰ ਰਹੀ ਆ ਤੇ ਜੋ ਵਿਰੋਧੀ ਧਿਰ ਆ ਉਹ ਦੋਵੇਂ ਸਰਕਾਰਾਂ ਨੂੰ ਥੋੜਾ ਕੀ ਕਹਿਣਾ ਇੱਥੇ ਥੋੜਾ ਨਹੀਂ ਦੇਖੋ ਮੇਰਾ ਪਰਸਨਲ ਤਾਂ ਮਨ ਆ ਮੰਨਣਾ ਹੈ ਵੀ ਦੇਖੋ ਮੈਂ ਵੀ ਇੱਕ ਕਿਸਾਨ ਆ ਐਂਡ ਪਹਿਲੇ ਕਿਸਾਨੀ ਫਿਰ ਸਿਆਸਤ ਫਿਰ ਪੋਲੀਟੀਕਲ ਪਾਰਟੀਆਂ ਰਾਜਨੀਤੀ ਪਾਰਟੀਆਂ ਵੱਖ-ਵੱਖ ਆਪਣਾ ਆਪਣਾ ਸਿਸਟਮ ਹੈ ਤੇ ਇਹਦੇ ਵਿੱਚ ਮੇਰਾ ਮੰਨਣਾ ਹੈ ਵੀ ਭਗਵੰਤ ਮਾਨ ਸਾਹਿਬ ਨੂੰ ਇੱਕ ਸ਼ੁਰੂ ਤੋਂ ਹੀ 올 ਪਾਰਟੀ ਮੀਟ ਸਦਣੀ ਚਾਹੀਦੀ ਸੀ ਇਹ ਸਾਰੀ ਪਾਰਟੀਆਂ ਬਹਿ ਕੇ ਕਿਉਂਕਿ ਸਾਰੇ ਕਿਸਾਨਾਂ ਦੇ ਸਮਰਥਨ ਚ ਤੇ ਸਾਰੇ ਹੀ ਆ ਪੰਜਾਬ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਨਾਲ ਗੱਲ ਕਰੋ ਸਾਰੇ ਕਹੇ ਵੀ ਅਸੀਂ ਕਿਸਾਨ ਦਾ ਸਮਰਥਨ ਕਰਦੇ ਹਾਂ ਇਹ ਸਾਰੇ ਬਹਿ ਕੇ ਇੱਕ ਕਾਮਨ ਕੋਈ ਪਲੈਟਫਾਰਮ ਤੇ ਆ ਕੇ ਨੀਤੀ ਬਣਾ ਕੇ ਤੇ ਜਿਹੜੇ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਜਿਹੜੇ ਮੰਤਰੀ ਭੇਜੇ ਸੀ ਜੇ ਸਾਰੇ ਬਹਿ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਜਦੋਂ ਕਿਸਾਨਾਂ ਨੇ ਜਥੇਬੰਦੀਆਂ ਨਾਲ ਮੀਟਿੰਗ ਹੋ ਗਈ ਉਹਦੇ ਬਾਅਦ ਉਹਨਾਂ ਨਾਲ ਗੱਲ ਕਰਦੇ ਤੇ ਉਹਦਾ ਜ਼ਿਆਦਾ ਪ੍ਰਭਾਵ ਜਾਣਾ ਸੀਗਾ ਹੁਣ ਸਾਰੇ ਆਪ ਆਪ ਦੀ ਰਾਜਨੀਤੀ ਕਰ ਰਹੇ ਬਜਟ ਤੋਂ ਹਰ ਕਿਸੇ ਨੂੰ ਕੋਈ ਨਾ ਕੋਈ ਉਮੀਦ ਹੁੰਦੀ ਆ ਭਾ ਸਿੱਖਿਆ ਹੋਵੇ ਹੈਲਥ ਹੋਵੇ ਹਰ ਕਿਸੇ ਨੂੰ ਕੋਈ ਨਾ ਕੋਈ ਉਮੀਦ ਹੁੰਦੀ ਕਿ ਕੁਝ ਨਾ ਕੁਝ ਮਿਲੂਗਾ ਤੁਹਾਨੂੰ ਕੀ ਉਮੀਦਾਂ ਨੇ ਇਸ ਬਜਟ ਨੂੰ ਲੈ ਕੇ ਤੇ ਕੀ ਆਸਾਂ ਨੇ ਜੋ ਤੁਸੀਂ ਆਪਣੇ ਇਲਾਕੇ ਨੂੰ ਲੈ ਕੇ ਮੰਗਣਾ ਚਾਹੁੰਦੇ ਨਹੀਂ ਦੇਖੋ ਉਮੀਦਾਂ ਤਾਂ ਇੱਕ ਵਾਰ ਜਦੋਂ ਬਜਟ ਪੇਸ਼ ਹੋਊਗਾ ਉਹਦੇ ਬਾਅਦ ਹੀ ਮੈਂ ਕੁਝ ਤੁਹਾਨੂੰ ਦੱਸ ਪਾਉਂਗਾ ਪਰ ਮੈਨੂੰ ਜਿਆਦਾ ਮੈਂ ਦੋ ਬਜਟ ਹੁਣ ਵੇਖ ਲਏ ਸਰਕਾਰ ਦੇ ਤੇ ਆਮ ਆਦਮੀ ਦੀ ਸਰਕਾਰ ਗੱਲਾਂ ਜ਼ਿਆਦਾ ਕਰਦੀ ਹੈ ਕਮ ਘਟ ਕਰਦੀ ਹੈ ਤੇ ਮੈਨੂੰ ਜਿਆਦਾ ਉਮੀਦਾਂ ਤਾਂ ਨਹੀਂ ਹੈ ਬਟ ਯੈਸ এডুকেਸ਼ਨ ਦੇ ਵਾਸਤੇ ਸਾਡੇ ਏਰੀਆ ਦੀ ਤੁਸੀਂ ਗੱਲ ਕੀਤੀ ਇਰੀਗੇਸ਼ਨ ਵਾਸਤੇ ਸਾਨੂੰ ਬਹੁਤ ਕੁਝ ਚਾਹੀਦਾ ਹੈ ਕਿਉਂਕਿ ਸਾਡੇ ਦਾ ਅਸੀਂ ਨਿਰਭਰ ਹੀ ਹੈਗੇ ਹਾਂ ਸਾਰਾ ਨਹਿਰਾਂ ਦੇ ਨਹਿਰੀ ਪਾਣੀ ਜਿਹੜਾ ਹੈ ਤੇ ਉਹਦੇ ਇਲਾਵਾ ਬੇਰੋਜ਼ਗਾਰੀ ਦੀ ਬਹੁਤ ਵੱਡੀ ਪ੍ਰੋਬਲਮ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਤੇ ਇਹ ਸਮੱਸਿਆ ਬਹੁਤ ਹੈਗੀ ਹੈ ਪਹਿਲੇ ਇੱਕ ਵਾਰ ਬਜਟ ਪੇਸ਼ ਹੋ ਜਾਣ ਦਿਓ ਇਹ ਆਪਾਂ ਉਹਦੇ ਤੇ ਗੱਲ ਕਰਾਂਗੇ ਤੁਹਾਡੇ ਇਲਾਕੇ ਦੇ ਵਿੱਚ ਕਿੰਨੂ ਵਾਲੀ ਵੈਲਟ ਕਹਿੰਦੇ ਜਿੱਥੇ ਕਿੰਨੂ ਜ਼ਿਆਦੇ ਹੁੰਦੇ ਆ ਪਿਛਲੇ ਦਿਨੀ ਰੇਟ ਡਿੱਗਣ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਕਿੰਨੂ ਸੁਟਨੇ ਸ਼ੁਰੂ ਕਰ ਦਿੱਤੇ ਤੁਸੀਂ ਕੀ ਇਹੋ ਜੀ ਮੰਗ ਰੱਖੋਗੇ ਕਿ ਉਹਨਾਂ ਦੇ ਜੋ ਰੇਟ ਨੇ ਅਸਲ 'ਚ ਜੋ 70 ਰੁਪਏ ਕਿੰਨੂ ਜੋ ਉਹਨਾਂ ਤੋਂ ਲਿੱਤਾ ਜਾਂਦਾ ਉਹੀ ਸ਼ਹਿਰਾਂ ਦੇ ਵਿੱਚ 70-80 ਰੁਪਏ ਕਿਲੋ ਉਹ ਦੇਖਦੇ ਹੋ ਤੁਸੀਂ ਅਗੇ ਜਦੋਂ ਬਜਟ ਦੀ ਤੁਸੀਂ ਗੱਲ ਕੀਤੀ ਪਿਛਲੇ ਪਿਛਲਾ ਜਿਹੜਾ ਬਜਟ ਪੇਸ਼ ਕੀਤਾ ਸੀ ਆਮ ਆਦਮੀ ਸਰਕਾਰ ਨੇ ਉਹਦੇ ਵਿੱਚ ਉਹ ਇੱਕ ਭਾਵੰਤਰ ਯੋਜਨਾ ਲੈ ਕੇ ਆਏ ਸੀ ਬਜਟ ਦੇ ਵਿੱਚ ਹੈ ਪਰ ਉਹਨੂੰ ਕੋਈ ਲਾਗੂ ਨਹੀਂ ਕੀਤਾ ਉਹ ਕੀ ਸੀ ਆਈ ਸੀਗਾ ਵੀ ਜਦੋਂ ਰੇਟ ਜ਼ਿਆਦਾ ਫਲਕਚੂਏਟ ਕਰਦਾ ਹੈ ਵੀ ਸਰਕਾਰ ਉਹਦਾ ਡਿਫਰੈਂਸ ਦੇਊਗੀ ਇੱਕ ਵਧੀਆ ਪਾਲਿਸੀ ਸੀ ਪਰ ਠੀਕ ਹੈ ਉਹ ਸਿਰਫ ਉਹਨੂੰ ਉੱਥੇ ਤੱਕ ਹੀ ਸੀਮਿਤ ਰੱਖਿਆ ਵੀ ਬਜਟ ਦੇ ਵਿੱਚ ਪੇਸ਼ ਕਰਤਾ ਪਰ ਅੱਗੇ ਕੋਈ ਨਾ ਉਹਦੇ ਵਾਸਤੇ ਕੋਈ ਅਲੋਕੇਸ਼ਨ ਹੋਈ ਫੰਡਸ ਦੀ ਨਾ ਕੋਈ ਉਹਨੂੰ ਉਹਦੇ ਉੱਤੇ ਗੌਰ ਕੀਤਾ ਤੇ ਇਸ ਟਾਈਪ ਦੀ ਚੀਜ਼ਾਂ ਹੈ ਇਸ ਕਰਕੇ ਮੈਂ ਕਹਿ ਰਿਹਾ ਗੱਲਾਂ ਜ਼ਿਆਦਾ ਤੇ ਕੰਮ ਘੱਟ ਕਰਦੇ ਥੈਂਕ ਯੂ ਤਾਂ ਇਹ ਸੰਸਦ ਨਾਲ ਸੰਦੀਪ ਜਾਖੜ ਜਿਨ੍ਹਾਂ ਨੇ ਆਪਣੇ ਹਲਕੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਬਜਟ ਤੇ ਦੇਖਣਾ ਹੋਵੇਗਾ ਕੀ ਕੁਝ ਖਾਸ ਰਹਿੰਦਾ ਤੇ ਮੰਗ ਵੀ ਜਿਹੜੀ ਕੀ ਕੀਤੀ ਜਾਵੇ ਕਿਉਂਕਿ ਅਬੋਂ ਹਲਕੇ ਦੇ ਵਿੱਚ ਜੋ ਕਿਨੂਆ ਦੀ ਬੈਲਟ ਹੈ ਉਸ ਨੂੰ ਲੈ ਕੇ ਉਹਨਾਂ ਵੱਲੋਂ ਮੰਗ ਕੀਤੀ